ਸੰਗਰੂਰ ਦੇ ਪਿੰਡ ਰਾਮਗੜ੍ਹ ਦੇ ਵਿੱਚ ਵੱਡੀ ਘਟਨਾ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ ਵੱਡੀ ਅੱਗ ਲੱਗ ਗਈ। 300 ਤੋਂ ਲੈ ਕੇ 400 ਏਕੜ ਤੱਕ ਖੇਤਾਂ ਦੇ ਵਿੱਚ ਅੱਗ ਫੈਲ ਗਈ। ਕਿਸਾਨਾਂ ਦੇ ਵੱਲੋਂ ਕਣਕ ਦੀ ਵਾਢੀ ਕਰ ਲਈ ਗਈ ਸੀ। ਤੂੜੀ ਕਰਨ ਤੋਂ ਬਾਅਦ ਜਿਹੜੇ ਕਰਚੇ ਬਚਦੇ ਹੁੰਦੇ ਨੇ ਉਹ ਕਰਚਿਆਂ ਨੂੰ ਅੱਗ ਲੱਗ ਗਈ, ਜਿਹਦੇ ਨਾਲ ਵੱਡਾ ਨੁਕਸਾਨ ਹੋਇਆ। ਨੁਕਸਾਨ ਇਹ ਹੈ ਕਿ ਉਹ ਅੱਗ ਲੱਗਦੀ ਲੱਗਦੀ ਲੋਕਾਂ ਦੇ ਘਰਾਂ ਤੱਕ, ਲੋਕਾਂ ਦੇ ਖੇਤਾਂ ਤੱਕ ਅਤੇ ਇੱਕ ਗਰੀਬ ਕਿਸਾਨ ਦੇ ਬਾੜੇ 'ਚ ਪਹੁੰਚ ਗਈ, ਜਿੱਥੇ ਕਿ ਤਕਰੀਬਨ 50 ਦੇ ਲਗਭਗ ਜਿਹੜੀਆਂ ਭੇਡਾਂ ਸੀ ਉਹ ਜਲ ਕੇ ਜਿੰਦਾ ਮਰ ਗਈਆਂ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਲੋਕਾਂ ਦਾ ਇਕੱਠ ਇੱਥੇ ਹੋਇਆ ਹੋਇਆ ਪਿੰਡ ਰਾਮਗੜ੍ਹ ਦੇ ਵਿੱਚ ਅਸੀਂ ਮੌਜੂਦ ਹਾਂ, ਜਿੱਥੇ ਲੋਕ ਮੌਜੂਦ ਨੇ। ਵੱਡਾ ਨੁਕਸਾਨ ਹੋਇਆ ਪਿੰਡ ਰਾਮਗੜ੍ਹ ਦੇ ਵਿੱਚ ਇੱਕ ਗਰੀਬ ਕਿਸਾਨ, ਜਿਸਦੇ ਉਹ ਜਿਹੜੀ ਅੱਗ ਆ ਚੱਲਦੀ ਚੱਲਦੀ ਉਹਦੇ ਭੇਡਾਂ ਦੇ ਬਾੜੇ ਦੇ ਵਿੱਚ ਪਹੁੰਚ ਜਾਂਦੀ ਆ ਅਤੇ ਕਿਤੇ ਨਾ ਕਿਤੇ 40 ਤੋਂ ਲੈ ਕੇ 50 ਭੇਡਾਂ ਤੱਕ ਦਾ ਜਿਹੜਾ ਹੈਗਾ ਨੁਕਸਾਨ ਉਹ ਹੋ ਜਾਂਦਾ। ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਬਾਈ ਜੀ ਕੀ ਨਾਮ ਆ ਤੁਹਾਡਾ ਜੀ? ਰਿਸ਼ਪਾਲ ਸਿੰਘ, ਨੰਬਰਦਾਰ ਹੈ ਜੀ। ਨੰਬਰਦਾਰ ਸਾਹਿਬ, ਕਿਵੇਂ ਦੇਖਦੇ ਹੋ ਜਿਹੜੀ ਐਡੀ ਵੱਡੀ ਘਟਨਾ ਹੋਈ ਆ ਤੁਹਾਡੇ ਪਿੰਡ? ਅੱਗ ਪਹੁੰਚੀ ਕਿੱਥੋਂ, ਕਿੰਨਾ ਜਾ ਕੇ ਨੁਕਸਾਨ ਹੋਇਆ? ਨੁਕਸਾਨ ਤਾਂ ਜੀ 35-40 ਭੇਡਾਂ ਦਾ ਨੁਕਸਾਨ ਹੋ ਗਿਆ ਜੀ, ਮੱਚ ਗਈਆਂ। ਅੱਗ ਵੀ ਉੱਥੋਂ ਸਪਾਰਕ ਹੋਇਆ ਜੀ, ਲਾਈਨ ਦਾ ਹੇਠਾਂ ਅੱਗ ਲੱਗ ਗਈ ਜੀ, ਉਹਦੇ ਉੱਧਰੋਂ ਸਪੀਡ ਨਾਲ ਅੱਗ ਆ ਰਹੀ ਸੀ, ਕਣਕ ਦੇ ਨਾੜ ਨੂੰ ਲੱਗ ਗਈ ਜੀ, ਇੱਧਰ ਬਾੜਾ ਦੀ ਨਾਲ ਹੈ ਜੀ, ਉਹਦੇ ਵਿੱਚ ਚੜ੍ਹ ਗਈ ਲੱਕੜਾਂ ਨੂੰ ਜੀ। ਬਾੜਾ ਕਿਹਨਾਂ ਦਾ ਸੀ? ਇਹਨਾਂ ਦਾ ਮਹਿੰਦਰ ਸਿੰਘ, ਸਾਧੂ ਸਿੰਘ ਦਾ ਜੀ। ਮਹਿੰਦਰ ਸਿੰਘ ਜੀ ਨਾਲ ਨੇ। ਮਹਿੰਦਰ ਸਿੰਘ ਜੀ, ਤੁਹਾਨੂੰ ਕਦੋਂ ਪਤਾ ਲੱਗਿਆ ਵੀ ਜਿਹੜੀ ਇਹ ਵੱਡੀ ਘਟਨਾ ਵਾਪਰੀ ਆ? ਇਹ ਜੀ ਮੈਂ ਘਰੇ ਵਾਰ ਰੋਟੀ ਨੂੰ ਗਿਆ ਸੀਗਾ, ਉੱਥੋਂ ਉਹ ਸੀ ਘਰ, ਬਾ ਮੇਰੇ ਆਉਂਦੇ ਨੂੰ ਤਾਂ ਅੱਗ ਨੇ ਲਵੇ ਨਹੀਂ ਦਿੱਤਣ, ਤਾਂ ਪਸ਼ੂਆਂ ਦਾ ਰੜਾਟ ਸੁਣ ਗਿਆ ਜਦੋਂ, ਬਾ ਉਹਨਾਂ ਨੂੰ ਤਾਂ ਸਭ ਮਾਰਤੇ। ਤਾਂ ਅੱਗ ਇੰਨੀ ਭਿਆਨਕ ਦੀ ਤੁਸੀਂ ਬਚਾਉਣ ਦੀ ਕੋਸ਼ਿਸ਼ ਤਾਂ ਕਰੀ ਹੋਣੀ? ਕਰਦੇ ਸੀ ਜੇ ਕੋਲੇ ਹੁੰਦੇ, ਜੇ ਅਸੀਂ ਵਿੱਚ ਮੱਚ ਜਾਂਦੇ ਜੇ ਲਵੇ ਹੁੰਦੇ। ਕਿੰਨੀਆਂ ਕੁ ਭੇਡਾਂ ਸੀ? ਇਹ 21 ਭੇਡਾਂ ਸੀ ਜੀ। ਅੱਛਾ, 19 ਬੱਕਰੀਆਂ ਸੀ। 21 ਭੇਡਾਂ ਅਤੇ 19 ਬੱਕਰੀਆਂ, ਜਿਹੜੀਆਂ ਲਗਭਗ ਸਾਰੀਆਂ ਦਾ 41 ਸੀ, ਬਸ ਸਾਰੀਆਂ ਟੋਟਲ ਇੰਨੀਆਂ ਸੀ ਮੇਰੇ ਕੋਲੇ। ਅੱਛਾ, ਹਾਂ। ਤਾਂ ਅੱਗ ਤੁਹਾਨੂੰ ਪਤਾ ਕਿਵੇਂ ਲੱਗਿਆ, ਕਿਹੜੇ ਪਾਸਿਓਂ ਚੱਲੀ ਆ, ਕਿੰਨਾ ਕੁ ਹੋਰ ਨੁਕਸਾਨ ਆਈ ਸੀ? ਅੱਗ ਐਂ ਟਲ ਗਈ ਸੀ, ਇਹ ਤਾਂ ਬਰੋਲੇ ਬਰੋਲੇ ਨੇ ਲਿਆ ਕੇ ਬਹੁਤੀ ਸਿੜਤੀ ਕਿਤੇ। ਬਾਬੂ ਜੀ ਕਿਵੇਂ ਦੇਖਦੇ ਹੋ, ਭੇਡਾਂ ਬੱਕਰੀਆਂ ਦੇ ਆਸਰੇ ਤੁਹਾਡਾ ਕੰਮ ਚੱਲਦਾ? ਇਹਨਾਂ 'ਤੇ ਚੱਲਦਾ ਜੀ, ਇਹਨਾਂ ਮਗਰੀ ਫਿਰਦਾ ਮੈਂ ਤਾਂ। ਪਰਿਵਾਰ 'ਚ ਕੌਣ ਕੌਣ? ਪਰਿਵਾਰ ਸਾਰਿਆਂ ਜਵਾਕਾਂ ਨੂੰ ਵੀ ਲੜੀ ਜਾਂਦਾ ਮੈਂ, ਆਪ ਤਾਂ ਕੁਛ ਕਰਨ ਜੋਗਾ ਨਹੀਂ, ਬਸ ਬਾਹਰ ਗੇੜਾ ਖਾ ਕੇ ਆ ਜਾਂਦਾ ਸੀ, ਘਰੇ ਇਹਨਾਂ ਨੇ ਸਾਂਭਣੀਆਂ ਸੀ। ਖੇਤਾਂ 'ਚ ਲੱਗੀ ਹਵਾ ਜਿਹੜੀ ਹੈਗੀ ਆ ਤੁਹਾਡੇ ਖੇਤਾਂ 'ਚ ਅੱਗ ਨੂੰ ਲਈ ਹੈ? ਹਾਂਜੀ ਹਾਂ, ਖੇਤਾਂ 'ਚੋਂ ਹਵਾ ਨਾਲ ਆ ਗਈ। ਗੱਲ ਕਰੀਏ ਇੱਕ ਭੇਡ, ਇੱਕ ਬੱਕਰੀ ਦੀ ਕੀਮਤ ਕਿੰਨੀ ਕੁ ਆ ਬਾਪੂ? ਜਿਹੜਾ ਨੁਕਸਾਨ ਜੀ 25-30 ਤੱਕ ਤਾਂ ਹੈਗੀ ਬੱਕਰੀ। ਅੱਛਾ ਜੀ, 25-30 ਹਜ਼ਾਰ ਤੱਕ? ਹਾਂਜੀ ਠੀਕ ਹੈ। 16-17-18 ਤੱਕ ਹੈਗੀ ਭੇਡ, ਲੱਖਾਂ ਦਾ ਨੁਕਸਾਨ ਹੋ ਗਿਆ। ਹਾਂ, 5.5 ਤੱਕ ਜਣੇ ਸਹੀ ਜੇ ਮਾਲ ਮੁੱਲ ਦੱਸਾਂ ਮੈਂ, 5.5 ਤੱਕ ਹੈ। ਹੁਣ ਤਾਂ ਪਰਿਵਾਰ ਰੋ ਰਿਹਾ ਹੋ ਸਾਰਾ? ਫਿਰ ਸਾਰਾ ਪਰਿਵਾਰ ਪਾਣੀ ਨਹੀਂ ਲੰਘਦਾ, ਆਓ ਖੜੇ ਨਾ। ਹੁਣ ਕਿਵੇਂ ਦੇਖਦੇ ਹੋ, ਕਿਸ ਕੀ ਅਰਜ਼ ਲਗਾ ਰਹੇ ਹੋ? ਕੀ ਅਰਜ਼ ਤਾਂ ਦੇਖੋ ਹੁਣ ਕੀ ਬਣੂਗਾ, ਕੀ ਕਰ ਸਕਦੇ ਹਾਂ ਅਸੀਂ, ਸਰਕਾਰ ਜਿਹੜਾ ਕੁਛ ਕਰੂਗੀ ਕਰ ਦੂਗੀ, ਇਹਨਾਂ ਤੋਂ ਬਿਨਾਂ ਤਾਂ ਕੱਖ ਦੇ ਵੀ ਨਹੀਂ ਰਹੇ। ਤਾਂ ਹੁਣ ਵੀ ਹਵਾ ਜਿਹੜੀ ਹੈਗੀ ਆ ਚੱਲ ਰਹੀ ਆ, ਖੇਤਾਂ ਦੇ ਵਿੱਚੋਂ ਧੂੰਆਂ ਵੀ ਤੁਹਾਨੂੰ ਉੱਠਦਾ ਨਜ਼ਰ ਆਊਗਾ, ਅਤੇ ਉਸਦੇ ਨਾਲ ਨਾਲ ਦੋ ਕਿਸਾਨਾਂ ਦੇ ਕੁੱਪਾਂ ਨੂੰ ਵੀ ਜਿਹੜੀ ਆ ਅੱਗ ਲੱਗ ਗਈ, ਜਿਹੜੇ ਤੂੜੀ ਦੇ ਕੁੱਪ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਮਾਤਰਾ ਜਿਹੜੀ ਹੈ ਤੂੜੀ ਸੰਭਾਲ ਕੇ ਕਿਸਾਨ ਰੱਖਦੇ ਨੇ ਕਿ ਮਹਿੰਗੇ ਭਾਅ ਹੋਣਗੇ ਅਸੀਂ ਤੂੜੀ ਵੇਚਾਂਗੇ। ਤਾਂ ਇੰਨਾ ਵੱਡਾ ਹਾਦਸਾ, ਪੂਰਾ ਪਿੰਡ ਇਸ ਜਗ੍ਹਾ ਦੇ ਉੱਪਰ ਇਕੱਠਾ ਹੋਇਆ ਹੋਇਆ, ਨੁਕਸਾਨ ਕਿਤੇ ਨਾ ਕਿਤੇ ਇੱਕ ਗਰੀਬ ਮਜ਼ਦੂਰ ਦਾ ਹੋ ਗਿਆ। ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਨੰਬਰਦਾਰ ਸਾਹਿਬ, ਘਰ ਪਰਿਵਾਰ ਕਿਵੇਂ ਚਲਾ ਰਹੇ ਸੀ ਬਾਬਾ ਜੀ? ਇਹਨਾਂ ਦੇ ਸਿਰਤੀ ਚੱਲਦਾ ਸੀ ਜੀ। ਹਾਂਜੀ, 4-5 ਮੁੰਡੇ ਨੇ ਜੀ, ਇਹਦੇ ਲੜਕੀਆਂ ਨੇ ਵਿਆਹੁਣ ਵਾਲੀ ਹੈ ਜੀ, ਉਹਦਾ ਵਿਆਹ ਵੀ ਧਰਿਆ ਹੋਇਆ ਸੀ ਜੀ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਬਾਪੂ ਜੀ ਪਰਿਵਾਰ 'ਚ ਹੁਣ ਕੌਣ ਕੌਣ ਸੀ?
ਹਾਂਜੀ ਪਰਿਵਾਰ 'ਚ ਤੁਸੀਂ ਦੱਸ ਰਹੇ ਨੇ ਨੰਬਰਦਾਰ ਸਾਹਿਬ ਕਹਿੰਦੇ ਕੁੜੀ ਦਾ ਵਿਆਹ ਵੀ ਕਰਨਾ ਜੀ ਹੋਰ ਕੁੜੀ ਦਾ ਵਿਆਹ ਕਰਨਾ ਸੀ ਘਰੇ ਤਾਂ ਮੈਂ ਅਤੇ ਨੂੰਹ 'ਤੇ ਜੀ ਕੋਈ ਨਹੀਂ ਸੀ ਅੱਛਾ ਮੁੰਡੇ ਤਾਂ ਬਾਹਰੋਂ ਮਗਰੋਂ ਆਏ ਨੇ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਜੀ 6 ਨੇ 6 ਨੇ ਕਿੰਨੇ ਬੱਚੇ ਕੁਮਾਰੇ ਨੇ ਹੁਣ ਸਾਰੇ ਕੁਮਾਰੇ ਨੇ ਇੱਕ ਵਿਆਹ ਹੈ ਇੱਕ ਵਿਆਹ ਹੋਇਆ ਤਾਂ ਹੁਣ ਆਉਣ ਵਾਲਾ ਸਮਾਂ ਬਾਪੂ ਇਹ ਤਾਂ ਹੁਣ ਐਡਾ ਵੱਡਾ ਨੁਕਸਾਨ ਹੋ ਗਿਆ ਕਿਸ ਤਰੀਕੇ ਨਾਲ ਦੇਖ ਰਿਹਾ ਦੇਖੋ ਕੀ ਬਣੂਗਾ ਜੀ ਕਹਾਂ ਹੁਣ ਜੇ ਕੋਈ ਗੌਰਮੈਂਟ ਕਰੂਗੀ ਤਾਂ ਲੈ ਜਾਣਗੇ ਨਹੀਂ ਫਿਰ ਫਿਰਦੇ ਹਾਂ ਜਿਹੇ ਜਿਹਾਂਗੇ ਤਾਂ ਦਿਲ ਨੂੰ ਝੰਜੋੜ ਦੇਣ ਵਾਲੀ ਜਿਹੜੀ ਹੈਗੀ ਆ ਘਟਨਾ ਪਿੰਡ ਰਾਮਗੜ੍ਹ ਦੇ ਵਿੱਚ ਆ ਇੱਕ ਗਰੀਬ ਕਿਸਾਨ ਖੇਤਾਂ ਦੇ ਵਿੱਚੋਂ ਤਾਂ ਚਲੋ ਕਿਸਾਨਾਂ ਨੇ ਆਪਣੀ ਜਿਹੜੀ ਕਣਕ ਆ ਉਹ ਵੱਢ ਲਈ ਸੀ ਤੂੜੀ ਵੀ ਕਰ ਲਈ ਜਿਹੜੇ ਛੋਟੇ ਕਰਜ਼ੇ ਹੁੰਦੇ ਨੇ ਕਿਤੇ ਨਾ ਕਿਤੇ ਉਹ ਕਰਜ਼ਿਆਂ ਨੂੰ ਅੱਗ ਲੱਗਦੀ ਲੱਗਦੀ ਇਸ ਗਰੀਬ ਕਿਸਾਨ ਦੇ ਭੇਡਾਂ ਦੇ ਬਾੜੇ ਦੇ ਵਿੱਚ ਆ ਗਈ ਅਤੇ 41 ਭੇਡਾਂ ਦਾ ਜਿਹੜਾ ਹੈਗਾ ਨੁਕਸਾਨ ਉਹ ਗਰੀਬ ਬਾਪੂ ਜੀ ਦੇ ਵੱਲੋਂ ਦੱਸਿਆ ਜਾ ਰਿਹਾ ਵੱਡਾ ਨੁਕਸਾਨ ਆ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਹੋਇਆ ਬਾਪੂ ਜੀ ਦੇ ਬੱਚੇ ਜਿਹੜੇ ਹੈਗੇ ਨੇ ਉਹ ਇਸ ਵਕਤ ਕੁਮਾਰੇ ਨੇ ਇੱਕ ਕੁੜੀ ਦਾ ਘਰ ਦੇ ਵਿੱਚ ਵਿਆਹ ਧਰਿਆ ਹੋਇਆ ਸੀ ਤਾਂ ਹੁਣ ਇੰਨਾ ਵੱਡਾ ਨੁਕਸਾਨ ਕਿਤੇ ਨਾ ਕਿਤੇ ਪੂਰੇ ਪਰਿਵਾਰ ਅਤੇ ਪੂਰੇ ਪਿੰਡ ਦੀਆਂ ਅੱਖਾਂ ਦੇ ਵਿੱਚ ਹਿੰਜੂ ਲੈ ਕੇ ਆ ਰਿਹਾ ਤਾਂ ਇੱਕੋ ਜਿਹੜੀ ਹੈਗੀ ਆ ਗੁਹਾਰ ਪਰਿਵਾਰ ਦੇ ਵੱਲੋਂ ਲਗਾਈ ਜਾ ਰਹੀ ਆ ਕਿ ਸਰਕਾਰ ਜਾਂ ਪ੍ਰਸ਼ਾਸਨ ਦੇ ਵੱਲੋਂ ਸਾਡੀ ਜਿਹੜੀ ਮਦਦ ਉਹ ਕੀਤੀ ਜਾਵੇ ਤਾਂ ਜੋ ਸਾਡੀ ਜਿਹੜੀ ਜ਼ਿੰਦਗੀ ਦੀ ਗੱਡੀ ਆ ਉਹ ਦੁਬਾਰਾ ਸਾਡੀ ਲੀਹ ਦੇ ਉੱਪਰ ਚੜ੍ਹ ਸਕੇ ਪਿੰਡ ਰਾਮਗੜ੍ਹ ਤੋਂ ਚਰਨਜੀਤ ਕੌਸ਼ਲ ਨਿਊਜ਼ 18 ਪੰਜਾਬ